ਪੰਜਾਬ ਦੇ ਨੌਜਵਾਨ ਜਿੱਥੇ ਨਸ਼ੇ ਵਰਗੇ ਕੋਹੜ ਦਾ ਸਾਹਮਣਾ ਕਰ ਰਹੇ ਹਨ, ਉੱਥੇ ਹੀ ਬਹੁਤ ਸਾਰੇ ਨੌਜਵਾਨ ਅਤੇ ਸਮਾਜ ਸੇਵੀ ਸੰਸਥਾਵਾਂ ਨੌਜਵਾਨਾਂ ਨੂੰ ਨਸ਼ੇ ਛੱਡ ਕੇ ਲੋਕ ਭਲਾਈ ਦੇ ਕੰਮਾਂ ਵਾਸਤੇ ਪ੍ਰੇਰਿਤ ਕਰ ਰਹੀਆਂ ਹਨ। ਇਸੇ ਤਰ੍ਹਾਂ ਹੀ ਨੌਜਵਾਨਾਂ ਵੱਲੋਂ ਅੰਮ੍ਰਿਤਸਰ ਦੇ ਹਲਕਾ ਪੂਰਬੀ ਦੀ ਵਾਰਡ ਨੰਬਰ 25 ਦੇ ਗੁਰਦੁਆਰਾ ਸਾਹਿਬ ਵਿਖੇ ਧੰਨ ਧੰਨ ਬਾਬਾ ਬੁੱਢਾ ਜੀ ਸੇਵਾ ਸੁਸਾਇਟੀ ਦੇ ਪ੍ਰਧਾਨ ਮਨਜੀਤ ਸਿੰਘ ਜੋੜਾ ਫਾਟਕ ਦੀ ਅਗਵਾਈ ਵਿੱਚ 3ਵੇਂ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਹਲਕਾ ਪੂਰਬੀ ਦੇ ਭਾਜਪਾ ਦੇ ਇੰਚਾਰਜ ਰਾਜੇਸ਼ ਹਾਨੀ, ਸਰਦਾਰ ਅਮਰਵੀਰ ਸਿੰਘ ਢੋਟ, ਕੌਮੀ ਪ੍ਰਧਾਨ ਫਾਊਂਡੇਸ਼ਨ ਮਹਿਤਾ ਅਤੇ ਜਸਪਾਲ ਸਿੰਘ ਹੀਰਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਕੈਂਪ ਵਿੱਚ 135 ਦੇ ਕਰੀਬ ਨੌਜਵਾਨਾਂ ਵੱਲੋਂ ਖੂਨਦਾਨ ਕੀਤਾ ਗਿਆ। ਸਰ, ਅੱਜ ਬਲੱਡ ਕੈਂਪ ਲਾਇਆ, ਕੀ ਨੌਜਵਾਨਾਂ ਨੂੰ ਸੰਦੇਸ਼ ਦੇਣਾ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਬੁੱਢਾ ਜੀ ਸੇਵਾ ਸੁਸਾਇਟੀ ਵੱਲੋਂ ਅਤੇ ਇਹਨਾਂ ਦੇ ਸਮੁੱਚੇ ਸਾਥੀਆਂ ਵੱਲੋਂ, ਮੇਰੇ ਵੀਰ ਬਿਕਰਮਜੀਤ ਸਿੰਘ ਵੱਲੋਂ, ਇਹਨਾਂ ਟੀਮ ਵੱਲੋਂ। ਹਰ ਸਾਲ ਦੀ ਤਰ੍ਹਾਂ ਸਾਲ ਦੇ ਵਿੱਚ 5-6 ਵਾਰ ਇਹ ਖੂਨਦਾਨ ਕੈਂਪ ਲਗਾਉਂਦੇ ਹਨ। ਇਹ ਵਧਾਈ ਦੇ ਪਾਤਰ ਹਨ, ਕਿਉਂਕਿ ਜਿਹੜਾ ਖੂਨਦਾਨ ਹੈ ਬੜਾ ਇੱਕ ਮਹਾਨ ਦਾਨ ਹੈ। ਸਾਨੂੰ ਸਾਰਿਆਂ ਨੂੰ ਖੂਨਦਾਨ ਦਾਨ ਕਰਨਾ ਚਾਹੀਦਾ ਹੈ। ਨੌਜਵਾਨਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਇਹੋ ਜਿਹੀ ਜਿਹੜੀ ਸੁਸਾਇਟੀਆਂ ਨੇ ਵੱਧ ਚੜ੍ਹ ਕੇ ਸਹਿਯੋਗ ਦੇਈਏ, ਕਿਉਂਕਿ ਨੌਜਵਾਨ ਪੀੜ੍ਹੀ ਜਿਹੜੀ ਹੈ ਸਾਡੀ ਨਸ਼ਿਆਂ 'ਚ ਗਲਦਾਨ ਹੋ ਰਹੀ ਹੈ, ਸਿੱਖੀ ਸ਼ਹਾਦਤਾਂ ਦੂਰ ਜਾ ਰਹੀ ਹੈ। ਇਹੋ ਜਿਹੇ ਕਾਰਜ ਕਰਨਾ ਬਹੁਤ ਵੱਡਾ ਉਪਰਾਲਾ ਹੈ, ਕਿਉਂਕਿ ਖੂਨ ਜਿਹੜਾ ਇੱਕ ਦਾਨ ਕਰਨਾ, ਜਿਹੜੇ ਬੰਦੇ ਲੋੜਵੰਦ ਆ ਉਸਦੀ ਜਾਨ ਬਚਦੀ ਹੈ ਅਤੇ ਲੋੜਵੰਦ ਨੂੰ ਇਸ ਬਹੁਤ ਵੱਡਾ ਸਹਾਰਾ ਹੈ। ਮੈਂ ਸਮਾਜ ਨੂੰ ਬੇਨਤੀ ਕਰਦਾ ਹਾਂ, ਤਕੜੇ ਹੋ ਕੇ ਇਹੋ ਜਿਹੇ ਕਾਰਜ ਕਰੋ। ਧੰਨ ਧੰਨ ਬਾਬਾ ਬੁੱਢਾ ਜੀ ਸੇਵਾ ਸੁਸਾਇਟੀ ਜਿਹੜੀ ਆ, ਇਹ ਲੋੜਵੰਦ ਵੀ ਦਾ ਬਹੁਤ ਵੱਡਾ ਇੱਕ ਉਪਰਾਲਾ ਕਰ ਰਹੀ ਹੈ। ਨੌਜਵਾਨ ਬਹੁਤ ਵੱਡੇ ਇਹਨਾਂ ਦੇ ਨਾਲ ਜੁੜ ਰਹੇ ਹਨ। ਮੈਂ ਵਧਾਈ ਦਿੰਦਾ ਹਾਂ ਮਨਜੀਤ ਸਿੰਘ ਜਿਹੜਾ ਜੋੜਾ ਫੜਕ ਨੇ, ਉਹਨਾਂ ਨੂੰ ਵਧਾਈ ਦਿੰਦਾ ਹਾਂ। ਬਿਕਰਮ ਜੀ ਮੇਰੇ ਨਾਲ ਖਲੋਤੇ ਵੀਰ ਜੀ ਨੂੰ ਵਧਾਈ ਦਿੰਦਾ ਹਾਂ ਕਿ ਤਕੜੇ ਹੋ ਕੇ ਇਹੋ ਜਿਹੇ ਉਪਰਾਲੇ ਕਰੋ। ਸਿੱਖ ਸੰਗਤ ਫੈਡਰੇਸ਼ਨ ਮਹਿਤਾ ਵੱਲੋਂ ਹਮੇਸ਼ਾ ਇਹਨਾਂ ਨੂੰ ਸਹਿਯੋਗ ਦਿੱਤਾ ਜਾਂਦਾ ਹੈ ਅਤੇ ਹਮੇਸ਼ਾ ਦਿੰਦੇ ਰਹਾਂਗੇ। ਮੈਂ ਨੌਜਵਾਨ ਨੂੰ ਅਪੀਲ ਕਰਦਾ ਹਾਂ ਕਿ ਤਕੜੇ ਹੋ ਕੇ ਆਪਾਂ ਨਸ਼ਿਆਂ ਨੂੰ, ਜੇ ਨਸ਼ਿਆਂ ਦਾ ਸੇਵਾ ਦੇਰਾ ਵਗ ਰਿਹਾ ਹੈ, ਉਹਨਾਂ ਤੋਂ ਖੜਾ ਛੁਡਾ ਕੇ ਆਪਾਂ ਇਹੋ ਜਿਹੀ ਸਾਡੀਆਂ ਨਾਲ ਜੁੜੀਏ ਤਾਂ ਜੋ ਸਮਾਜ ਦੀ ਕੌਮ ਦੀ ਭਲਾਈ ਕਰ ਸਕੇ। ਆਪਣਾ ਨਾਮ, ਸੰਸਥਾ ਦਾ ਨਾਮ? ਹਾਂਜੀ, ਮੇਰਾ ਨਾਮ ਮਨਜੀਤ ਸਿੰਘ ਜੀ, ਧੰਨ ਧੰਨ ਬਾਬਾ ਬੁੱਢਾ ਜੀ ਸੇਵਾ ਸੁਸਾਇਟੀ ਵੱਲੋਂ ਮੁੱਖ ਸੇਵਾਦਾਰ ਦੀ ਸੇਵਾ ਨਿਭਾ ਰਹੇ ਹਾਂ ਜੀ। ਸੋ ਅੱਜ 3ਵਾਂ ਖੂਨਦਾਨ ਕੈਂਪ ਗੁਰਦੁਆਰਾ ਦੁਸ਼ਤ ਦਮਨ ਸਾਹਿਬ ਜੋੜਾ ਫਾਟਕ ਵਾਰਡ ਨੰਬਰ 25 ਹਲਕਾ ਪੂਰਬੀ 'ਚ ਲਗਾਇਆ ਗਿਆ। ਸੋ ਮੈਂ ਸਾਰੇ ਵੀਰਾਂ ਦਾ ਤੈਅ ਦਿਲੋਂ ਧੰਨਵਾਦ ਕਰਦਾ, ਜਿਹੜੇ ਬੜੇ ਉਤਸ਼ਾਹ ਦੇ ਨਾਲ ਆ ਕੇ ਇੱਥੇ ਖੂਨਦਾਨ ਇਨਸਾਨੀਅਤ ਨੂੰ ਇੱਕ ਜ਼ਿੰਦਾ ਰੱਖਣ ਲਈ ਜੋ ਖੂਨਦਾਨ ਕੈਂਪ ਇਹਦੇ ਵਿੱਚ ਇਹਨਾਂ ਨੇ ਸਹਿਯੋਗ ਦਿੱਤਾ, ਮੈਂ ਦਿਲੋਂ ਧੰਨਵਾਦ ਹਾਂ। ਅਤੇ ਇੱਕ ਮੈਂ ਮੈਸੇਜ ਪੂਰੇ ਦੇਸ਼ ਦੀ ਸਮੂਹ ਜਨਤਾ ਨੂੰ ਵੀ ਦੇਣਾ ਚਾਹੁੰਦਾ ਵਾਂ ਵੀ ਅੱਜ ਕੱਲ੍ਹ ਜੋ ਦੰਗੇ ਫਸਾਦ ਇੱਕ ਹੋ ਰਹੇ ਨੇ, ਵੀ ਹਿੰਦੂ ਨੂੰ ਸਿੱਖ ਨਾਲ, ਸਿੱਖ ਨੂੰ ਮੁਸਲਮਾਨ ਨਾਲ ਲੜਾਇਆ ਜਾ ਰਿਹਾ, ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਵੀ ਜਿਹੜੀ ਬਲੱਡ ਬੈਂਕ ਦੇ ਵਿੱਚ ਖੂਨ ਦੀ ਬੋਤਲ ਪਈ ਹੈ ਨਾ, ਉਹਦੇ ਵਿੱਚ ਕਿਸੇ ਜਾਤ, ਕਿਸੇ ਮਸਜਿਦ, ਕਿਸੇ ਧਰਮ ਦਾ ਨਾਂ ਨਹੀਂ ਲਿਖਿਆ, ਉੱਥੇ ਸਿਰਫ ਇਨਸਾਨੀਅਤ ਦਾ ਨਾਂ ਲਿਖਿਆ ਹੋਇਆ। ਸੋ ਮੈਂ ਇਹ ਬੇਨਤੀ ਕਰਨਾ ਚਾਹੁੰਦਾ, ਖੂਨਦਾਨ ਕਰਿਆ ਕਰੋ। ਸੋ ਇਹਦੇ ਨਾਲ ਨਾ ਤਾਂ ਕੋਈ ਸਰੀਰ ਦੇ ਵਿੱਚ ਕੋਈ ਕਮਜ਼ੋਰੀ ਆਉਂਦੀ ਹੈ, ਨਾ ਕੋਈ ਕਿਸੇ ਕਿਸਮ ਦਾ ਕੋਈ ਪ੍ਰੋਬਲਮ ਆਉਂਦੀ ਹੈ। ਅੱਜ 150 ਦੇ ਕਰੀਬ ਸਾਡਾ ਟਾਰਗੇਟ ਹੈ ਜੀ, ਬਾਕੀ ਗੁਰੂ ਮਹਾਰਾਜ ਜੋ ਸੇਵਾ ਵੀਰਾਂ ਕੋਲ ਲੈਣਗੇ ਉਹਨਾਂ ਹਜੇ ਤੱਕ 70 ਨੌਜਵਾਨਾਂ ਨੂੰ ਇਹੋ ਹੀ ਮੈਸੇਜ ਦੇਣਾ ਚਾਹੁੰਦੇ ਵੀ ਨਸ਼ੇ ਨੂੰ ਤਿਆਗ ਕੇ ਆਪਣਾ ਖੂਨਦਾਨ ਨਾਲ ਸੁਝਾਵ ਦੇ ਰੁਝਾਵ ਦੇਣ, ਆਪਣਾ ਵਧੀਆ ਤਰੀਕੇ ਨਾਲ ਮਨੁੱਖਤਾ ਦੀ ਸੇਵਾ ਦੇ ਲਈ ਅੱਗੇ ਆਉਣ। ਹਰ ਨੌਜਵਾਨ ਦਾ ਫਰਜ਼ ਹੈਗਾ ਕਿ ਖੂਨਦਾਨ ਕਰਕੇ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ। ਹਾਂਜੀ ਜੀ, ਜਾਨ ਬਚਦੀ ਹੈ ਹਰ ਹੋਰ ਬਲੱਡ ਬੈਂਕ, ਚਾਹੇ ਉਹ ਸਰਕਾਰੀ ਹੈ ਚਾਹੇ ਪ੍ਰਾਈਵੇਟ ਹੈ, ਉੱਥੇ ਜਦੋਂ ਬਲੱਡ ਦੀ ਕਿਸੇ ਲੋੜਵੰਦ ਨੂੰ ਲੋੜ ਪੈਂਦੀ ਹੈ ਉਹਦੇ ਉਹਨੂੰ ਰਿਕਾਰਡਿੰਗ ਉਹਨੂੰ ਬਲੱਡ ਮੁਹੱਈਆ ਵੀ ਕਰਵਾਇਆ ਜਾਂਦਾ, ਚਾਹੇ ਉਹ ਗੁਰੂ ਨਾਨਕ ਹੋਸਪਿਟਲ ਹੈ, ਸਿਵਲ ਹੈ, ਦੁਲੱਖਾ ਬਲੱਡ ਬੈਂਕ ਹੈ, ਕੇਡੀ ਬਲੱਡ ਬੈਂਕ ਹੈ, ਜਿਹੜੇ ਵੀ ਹੈ ਪ੍ਰਾਈਵੇਟ ਵੀ ਚਾਹੇ ਹੋਣ, ਉੱਥੇ ਜੋ ਟੈਸਟਿੰਗ ਫੀਸ ਜੋ ਅਧਾਰਿਤ ਕੀਤੀ ਗਈ ਹੈ ਉਹ ਹੈ ਗੁਰੂ ਨਾਨਕ ਹੋਸਪਿਟਲ 'ਚ ਜਿਹੜਾ ਪੇਸ਼ੈਂਟ ਦਾਖਲ ਹੁੰਦਾ ਉਹਨੂੰ ਫ੍ਰੀ ਮਿਲਦਾ, ਅਤੇ ਬਾਕੀ ਉਹਨਾਂ ਦੀ ਟੈਸਟਿੰਗ ਫੀਸ ਜੋ ਸਰਕਾਰ ਵੱਲੋਂ ਨਿਰਧਾਰਿਤ ਹੈ ਉਹ ਮਿਲਦੀ ਹੈ। ਬਲੱਡ ਟੀਵੀ ਲਈ ਅੰਮ੍ਰਿਤਸਰ ਤੋਂ ਕ੍ਰਿਸ਼ਨ ਕੁਮਾਰ ਦੀ ਰਿਪੋਰਟ।